Yeah, definitely. Kibla Sahibam Zaki Sahib Mulk Bahman वो आ गए, बाकी बहुत सारे लोग आने भी पाए। इतने उसे आने जिसका आना साइया पसंद सुना तो जिन्हें किसे लिए आना उन्हें किसे लिए चले जाना। मेरी गल को समझ आए? बहुत अच्छे जी, बहुत अच्छे। बड़ी बदली गल जिन्हें मैं किसी की गल नहीं करता नाराज हो जा बंदे अजकल मेरे से बहुत नाराज हो गए। थोड़ी कच्ची दे विच ए भाई ते बहुत नाराज हो गए। सच्ची गल जेड़ा करूंगा ओदी पहली शर्त है कामयाबी दी नाराज होना। मासूम फरमाते हैं अगर तेरा गिला शुरू हो जाए तो फिर तू जितना सजदा बढ़ा सके बढ़ा दई। असी तेन दस दे पया वो तेरा गिला करे सी असी तेरा बख्त बुला। इंशाल्लाह चार शवाल मेरा घर है उससे तो मैं आप बाहरी देव मेरी एक बात याद रखी बहुत मंजूर मदा खान है बादशाह हुसैन सरदार दूसरे खान जिसने दिल से थे मैं वाजब समझ के कभी नहीं आया और जब ये इस काबल है लेकिन गल मेरी याद रखी बात याद रखी कबर च कम आएगी कबर दे राह सिद्धे करेगी कबर दे रस्तियां दे विच जांदे आं जेड़े रुकावट है वो दूर करे। तेरी जिंदगी होवे जेड़ी जबान हिलदी बैठी है मेरी कुंदन नाल गल है मैं तेरे रसूल ते खलोता जाकरी दुनिया च तरला कदी नहीं पाया। बोलो दाद दियो तुसी चुप भी कर जाओ मेरी सेहत ते रत्ती जितना फर्क नहीं क्योंकि तुसी चुप करके अपना नुकसान करना है ते बड़ा वड्डा करना है। मेरा तो कख नहीं होना मैं तो पढ़ के चले जाना नुकसान तेरा हो जाना क्योंकि साधक जो फरमाते हैं साडे जिक्र च तू बोली तेरी कबर च असी बोलांगे। देखो जाकरी दुनिया दा वो बादशाह है जिन्हां दे वारे च असी मजल सां जलसे मुक्ते ये उस वेले नंबर आ जेड़े वेले मैं बाबू साहब प्यो की उंगल ना चल के जलसा ये उस वेले सुल्तान केड़ा सुल्तान है इमाम हुसैन उन्हें ओदे नाम लैण वाले सुल्तान बना सके बच्चों
ਕਿਹੜਾ ਵੱਡਾ ਸ਼ਹਿਨਸ਼ਾਹ ਹੈ, ਕਿਹੜਾ ਵੱਡਾ ਪੇਸ਼ਵਾ ਹੈ, ਨਾਂ ਲੈਣ ਵਾਲੇ ਸੁਲਤਾਨ, ਕਿਹੜਾ ਵੱਡਾ ਬਾਦਸ਼ਾਹ, ਕਿਹੜਾ ਵੱਡਾ ਪੇਸ਼ਵਾ ਹੈ, ਕੁਛ ਬੰਦਿਆਂ ਸੋਚ ਰਹਿ ਜਾਣਾ ਹੈ ਭਾਈ ਆਈ ਮੇਰਾ ਟਾਈਮ ਬੜਾ ਪਹਿਲੋਂ ਆਈ ਲੇਕਿਨ ਬੋਲਣਾ ਚਾਹੁੰਦਾ ਮੈਨੂੰ ਕੁਰਾਨ ਦਿੱਤੀਆਂ ਪਾਰਾਂ ਦੀ ਕਸਮ ਹੈ ਇਹ ਮੁਕਾਮ ਹੀ ਤੇਰੀ ਸਮਝ ਆ ਜਾਏ ਨਾ ਇਹ ਮੁਕਾਮ ਕਹਾਣੀ ਇੱਥੇ ਮੁੱਕਦੀ ਅਗਰ ਇਹ ਮੁਕਾਮ ਹੀ ਤੇਰੇ ਸਮਝ ਆ ਜਾਏ ਇਹ ਤੋਂ ਸਵੇਰੇ ਸਰਗੀ ਵੇਲੇ ਉੱਠ ਕੇ ਆਇਆ ਸਰਦਾਰ ਮੂਸੇ ਖਾਨ ਕੋਲ ਲੰਗਰ ਨਹੀਂ ਖਾਵਣ ਆਇਆ ਸਰਦਾਰ ਮੂਸੇ ਖਾਨ ਦੀ ਕਿਆ ਜ਼ਰੂਰਤ ਹੈ ਲੰਗਰ ਤੇਰਾ ਪਕਾਵੇ ਹੁਸੈਨ ਫਰਮੈਂਦਾ ਪਿਆ ਮੇਰੇ ਆਉਂਦੇ ਪਏ ਨੇ ਲੰਗਰ ਖਵਾ ਤੈਨੂੰ ਮੈਂ ਆਪ ਕੋ ਸਾਰਾ ਦਿਨ ਤੁਸੀਂ ਖਾਣਾ ਹੈ ਹੁਸੈਨ ਦੇ ਆਖਣ ਤੇ ਟੁਰਨ ਲੱਗੇ ਅਕਬਰ ਦੇ ਬਾਬੇ ਨੇ ਆਖਣਾ ਆ ਮੂਸਾ ਬੈਠੇ ਲੁਕਮਾ ਮੇਰੇ ਜਿਹੜਾ ਵੀ ਥੋੜੀ ਵਿਛਾਏ ਹੁਸੈਨ ਕਰੀਮ ਹੈ ਬਸ ਦੋ ਚਾਰ ਗੱਲਾਂ ਹੋ ਰਹੀ ਕਦੇ ਤਾਂ ਬੜਾ ਸਖਤੀ ਨਾਲ ਤਰੇ ਮਜਲ ਜਾ ਹੋ ਗਈਆਂ ਅਦਬ ਹੈ ਉਹ ਮਜ਼ਮੂਨ ਸੁਣਾ ਉਹ ਵਾ ਵਾ ਅੱਛਾ ਬਿਸਮਿਲਲਾ ਬਾਈ ਦੇ ਜਲਸ ਤੇ ਸਤ ਪੜਿਆ ਦਾ ਜ਼ਰੂਰ ਜ਼ਿੰਦਗੀ ਹੋ ਵੀ ਜ਼ਿੰਦਗੀ ਵਾ 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 ਖੁਦਾ ਜਾਣਦਾ ਹੈ ਅੱਲਾਹ ਦੇ ਅਯੂਬ ਨਬੀ ਕਿਆ ਹੈ ਉੱਪਰ ਸੁਣ ਪੜਿਆ ਨੋ ਅੱਲਾਹ ਤੁਹਾਡੀ ਜ਼ਿੰਦਗੀ ਕਰੇ ਅੱਜ ਦੀ ਮਜਲਸ ਦਾ ਅਜ਼ੀਮ ਜੁਮਲਾ ਜਿੱਥੇ ਬੈਠੇ ਨੂੰ ਮਾਮੂਲੀ ਨਾ ਸਮਝੀ ਇੱਕ ਗੱਲ ਮੇਰੀ ਹੋਰ ਰੱਖੀ ਭਾਵੇਂ ਫਤਵਾ ਲਾ ਦੇਈ ਜਿਹੜਾ ਜੰਨਤ ਚ ਬੈਠ ਕੇ ਅੱਖ ਗੰਦੀ ਕਰੇ ਉਹਦਾ ਪਿਓ ਕੋਈ ਨਹੀਂ ਜੇ ਹੁੰਦਾ ਜਿਹੜਾ ਜੰਨਤ ਚ ਬਹਿ ਕੇ ਫਤੂਰ ਸੋਚੇ ਕੀ ਜੰਨਤ ਨੂੰ ਕਿਹ ਸਮਝਿਆ ਜਿੱਥੇ ਮਰੂਦਾਂ ਦੇ ਬਾਗ ਚੁੱਕੇ ਹੋਏ ਜੰਨਤ ਕਿਸਮ ਦੇ ਹਨ ਜਿੱਥੇ ਕੇਲੇ ਦੇ ਦਰਖਤ ਜ਼ਿਆਦਾ ਹੋਣ ਕਣਕ ਜ਼ਿਆਦਾ ਲੱਗੀ ਹੋਈ ਹੋਵੇ ਜੰਨਤ ਹੋਏ ਜਿੱਥੇ 14 ਬੈਠ ਜਾਣ ਜਿਹੜੀ ਜ਼ੁਬਾਨ ਨਾ ਹਿੱਲੀ ਮੇਰਾ ਕਦੇ ਜਾ ਫੜ ਜਾ ਸੀ ਜਾਂ ਬੋਲ ਤੇ ਜਾਂ ਖੁਦਾ ਦੀ ਖੁਦਾਈ ਚ ਮੈਨੂੰ ਦੱਸ ਫਰਜ ਤੇ ਕਿਹੜਾ ਹੋਰ ਮੁਕਾਮ ਹੈ ਜਿੱਥੇ 14 ਤੇਰੇ ਨਾਲ ਆ ਖੁਦਾ ਦੀ ਖੁਦਾਈ ਦੇ ਵਿੱਚ ਇਹ ਮੁਕਾਮ ਹੈ ਇਤਨੀ ਬੜੀ ਦਾਤ ਦਿੱਤੀ ਇੱਕ ਸਤਰ ਤੁਹਾਡੀ ਨਜ਼ਰ ਕਰਾਂ ਅਲਬੇ ਅੰਬਾਸ ਤੇ ਮੇਰਾ ਹੱਥ ਹੈ ਜਿੱਥੇ ਬੈਠਾ ਹੈ ਨਾ ਇਹ ਸਫੇ ਮਾਤਮ ਅਰਸ਼ ਦੇ ਵਿੱਚ ਨਹੀਂ ਆਈ ਤੇਰੀ ਨਜਾਤ ਵਾਸਤੇ ਫਰਜ਼ ਦੇ ਵਿੱਚ ਆਈ ਤੇਰੀ ਜ਼ਿੰਦਗੀ ਹੋਵੇ ਤੇਰੀ ਨਜਾਤ ਮੈਂ ਬਿਸਮਿਲਲਾ ਕਰਾਂ ਤੇਰੀ ਨਜਾਤ ਵਾਸਤੇ ਸਭ ਕੀ ਬਾਤ ਹੈ ਕੀ ਬਾਤ ਹੈ ਅੱਲਾਹ ਅੱਲਾਹ
ਗੱਲ ਕਰ ਕਰੋ ਜੇ ਲੱਖ ਵਾਲੀ ਕਰਨਾ ਚਾਹੁੰਦਾ ਡੈਂਡੀ ਨੇ ਜਾਣ ਤੋਂ ਵਾਸਤੇ ਜੇ ਤੂੰ ਦਾ ਕੋਈ ਵਾਸੀ ਹੋਵੇ ਸਫੇ ਮਾਤਮ ਉੱਥੇ ਵਿੱਚ ਦੀ ਬਾਬਾ ਲਿਆ ਸਾ ਬਾਦਸ਼ਾਹ ਮੌਲਾ ਖਿਜ਼ਰ ਦੀ ਉਮਰ ਕਰੇ ਇਹਨਾਂ ਦਾ ਸਾਇਆ ਸਾਡੇ ਸਰ ਤੇ ਸਲਾਮਤ ਰੱਖੇ ਲੇਕਿਨ ਇੱਕ ਦਿਨ ਮਰਨਾ ਹੈ ਮੌਤ ਹੱਕ ਹੈ ਇੱਥੇ ਤੁਹਾਡੀ ਕੱਚੀ ਚ ਆ ਜਾਏ ਕਿਤਨੇ ਦੋਸਤ ਉਸ ਕੀ ਕਰੇ ਸਨ ਸੋਹਣਾ ਇੰਤਜ਼ਾਮ ਕਰਕੇ ਡੇਰਾ ਗਾਜ਼ੀ ਖਾਨ ਲੈ ਦਾ ਸਨ ਤੇਰੇ ਪਿਓ ਦੇ ਸੱਜਣਾ ਇਹ ਜਾਇਦਾਦ ਸਭ ਕੁਛ ਦਿੰਦੇ ਪਏ ਆ ਸਫੇ ਮਾਤਮ ਵਿਛਾ ਇਹਨਾਂ ਕੋਲ ਕਿਸੇ ਪੁੱਛਿਆ ਨਹੀਂ ਸੱਜਣ ਜੋ ਏਡੇ ਘਰ ਕਿਉਂ ਨਹੀਂ ਵਿਛਾਇਆ ਵਾਸੀ ਉੱਤੋਂ ਦਾ ਇਹ ਵਾਸੀ ਅਰਸ਼ ਤੇ ਆਣਾ ਹਾਏ ਕਿਉਂਕਿ ਬਾਦਸ਼ਾਹ ਹੁਸੈਨ ਕੋਲ ਦੁਆ ਲੈਣੀ ਹੁੰਦੀ ਅੱਲਾਹੁ ਅਕਬਰ ਖੁਦਾ ਜਾਣਦਾ ਧੀਆਂ ਦੇ ਪਰਦੇ ਹੁੰਦੇ ਬੱਚਿਆਂ ਨਾਲ ਆਪਾਂ ਦੋ ਚਾਰ ਬੰਦੇ ਨੀ ਬੋਲੇ ਪਤਾ ਨੀ ਕਿਸ ਵਜ੍ਹਾ ਤੋਂ ਗੂੰਗੇ ਹੈ ਜਾਂ ਕਿਆ ਹੈ ਕਿਉਂਕਿ ਮੈਂ ਜਾਣਦਾ ਜੋ ਇਤਨਾ ਕੋਈ ਨਹੀਂ ਕੋਸ਼ਿਸ਼ ਕਰੇ ਨੇ ਸੱਤਰ ਤੇ ਉਹ ਵੀ ਬੋਲਣ ਤੇ ਸੱਤਰ ਮਸਾਇਬ ਦੀ ਭਾਈ ਦੇ ਆਖਣ ਤੇ ਸੱਤਰ ਪੜਾ ਹੁਸੈਨ ਏਡਾ ਵੱਡਾ ਬਾਦਸ਼ਾਹੀ ਜ਼ਿਹਨ ਦੀ ਹਰ ਖਿੜਕੀ ਖੋਲੀ ਹਰ ਖਿੜਕੀ ਖੋਲੀ ਹਰ ਖਿੜਕੀ ਖੋਲੀ ਹੁਸੈਨ ਇਤਨਾ ਬੜਾ ਬਾਦਸ਼ਾਹ ਹੈ ਜਿਸ ਦਾ ਦੂਸਰਾ ਕਿਨਾਰਾ ਬੇਨਿਆਜ਼ ਬਣਾਇਆ ਹੀ ਨਹੀਂ ਤੇਰੀ ਜੱਦ ਦੀ ਕਸਮ ਮੈਂ ਇਤਨਾ ਕਹਾਂ ਜੱਡਾਂ ਦਾ ਤੇਰੀ ਜ਼ਾਕਰੀ ਦਾ ਆਸ਼ਕਾਂ ਝੂਠੇ ਤੇ ਲਾਨਤ ਅੱਜ ਮੇਰੇ ਤੇ ਵੀ ਜ਼ਈਫੀ ਆ ਗਈ ਤੇਰੇ ਮੌਲਾ ਸਾਇਆ ਸਰ ਤੇ ਸਲਾਮਤ ਰੱਖੇ ਦਲੀਲ ਦੇਣਾ ਤਾਂ ਕਿ ਹਰ ਬੰਦੇ ਨੂੰ ਪਤਾ ਲੱਗ ਜਾਏ ਮੈਂ ਆਖਿਆ ਦੂਸਰਾ ਕਿਨਾਰਾ ਸ਼ਬੀਰ ਦਾ ਹੈ ਕੋਈ ਨਹੀਂ ਅਗਰ ਦੂਸਰਾ ਕਿਨਾਰਾ ਹੁਸੈਨ ਦਾ ਹੁੰਦਾ ਹੁਸੈਨ ਖਾਲਕ ਨੂੰ ਨਾ ਹਦਾ ਤੁਸੀਂ ਕੁਛ ਮੰਗੋ ਹੁਸੈਨ ਤੁਹਾਨੂੰ ਦੇ ਦੂਸਰਾ ਕਿਨਾਰਾ ਸ਼ਬੀਰ ਦਾ ਹੁੰਦਾ ਦਾਦਾ ਤੇਰੀ ਜੱਦ ਦੀ ਕਸਮ ਹੈ ਅਗਰ ਦੂਸਰਾ ਕਿਨਾਰਾ ਸ਼ਬੀਰ ਦਾ ਹੁੰਦਾ ਸ਼ਬੀਰ ਖਾਲਕ ਨੂੰ ਆਖਦਾ ਜਾ ਤੁਸੀਂ ਕੁਛ ਮੰਗੋ ਮੈਂ ਦੇਵਾਂ ਤੇਰੀ ਹਸਰਤ ਨਾ ਰਹਿ ਜਾਏ ਮੈਨੂੰ ਕਿਸੇ ਆਖਿਆ ਹੀ ਨਹੀਂ ਆਇਆ ਅਕਬਰ ਦਾ ਬਾਬਾ ਕਿਤਨਾ ਬੜਾ ਨਵਾਬ ਹੈ ਅਕਬਰ ਦਾ ਬਾਬਾ ਜਾਗੀ ਕਿਤਨਾ ਬੜਾ ਨਵਾਬ ਹੈ ਅਕਬਰ ਦਾ ਬਾਬਾ ਹਸਨੇ ਮੁਜਤਬਾ ਏਡਾ ਵੱਡਾ ਨਵਾਬ ਹੈ ਜਿਹੜੀ ਜ਼ੁਬਾਨ ਨਾ ਬੋਲੀ ਬੰਦੇ ਮੇਰਾ ਕਤਲ ਕਰ ਛੋੜਿਆ ਇਤਨਾ ਬੜਾ ਨਵਾਬ ਹੈ ਹਸਨੇ ਮੁਜਤਬਾ ਤੇਰੇ ਮੌਲਾ ਹੁਸੈਨ ਦਾ ਵੱਡਾ ਭੇਰਾ ਇਤਨਾ ਬੜਾ ਨਵਾਬ ਹੈ ਜਿਸ ਦੇ ਮੁਤਲਕ ਜਨਾਬ ਅਮੀਰ ਫਰਮੈਂਦੇ ਤੂੰ ਮੇਰਾ ਨਵਾਬ ਪੁੱਤਰ ਹੈ ਇਤਨਾ ਕ ਬੜਾ ਨਵਾਬ ਹੋਸੀ ਜਾਗੀ 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 ਕਿਹੜਾ ਕ ਵੱਡਾ ਨਵਾਬ ਹੋਸੀ ਪਸਲੀਆਂ ਦੇ ਵਿੱਚ ਇੱਕ ਦਿਲ ਹੈ ਉਸ ਦਿਲ ਨੇ ਤੜਪ ਕੇ ਤੈਨੂੰ ਆਖਣਾ ਮੇਰਾ ਨੁਕਸਾਨ ਨਾ ਕਰ ਦੇ ਬੋਲ ਇਸ ਬੰਦੇ ਦੇ ਨਾਲ
हक दी आवाज है जेड़ा आवाज ना कटे लानती होंदा है हसन मुइतबा एडा बड़ा नवाब है सात रंग दे खाने जवानिया मानो दस्तरखान इमाम हसन मुइतबा दा दिन रात किसे लहमे दे विच बंदी नहीं बंदी नहीं सात रंग दे खाने दस्तरखान बंदी नहीं हुसैन केडा नवाब है तेरी नजफ तक सदा न जाए सैन खराय तेरी दीती गल उना नाल जिना दे अंदर अली बसदा है सरदार साहेब तेरे दिल से दे उते एक सतर आखे लगा एडा वड्डा नवाब है हसन मुइतबा सात रंग दे खाने दस्तरखान बंदी नहीं दिन दोपहर सुबह शाम जेड़े वेले मर्जी जितना मर्जी खा एथो खा उठे जा फिर आ फिर खा फिर जा फिर आ किसे पूछना ही नहीं हुण खा के गया है अंदर साफ आई जितना मर्जी खा दुरुस्ती दुरुस्त है अंदर ठीक नहीं तो एक लुक मैंने भी फाड़ लेना ही ओ जिवें खजूर के दाने ने फाड़ लिया तेरी जिंदगी होवे ठीक है जितना मर्जी खा ये ठीक है जितना मर्जी खा दात तुहाडे कोलो भी लमणी है हैं अंदर दुरुस्त है जिवें मर्जी केड़ा वड्डा दस्तरखान है जेड़ा दिन रात बंदी नहीं जागी जागी बात हो रही हुसैन केड़ा नवाब है दस्तरखान हसने मुइतबा दा सात रंग दे खाने किसे लम्हे च बंदी नहीं जितना मर्जी को खावे पता नहीं हुसैन कितना का बड़ा बादशाह है फकीर तो लेके बादशाह तक बाबा सुबार शाह अब्बास ने जेदे को सुने आए उस हाथ जोड़ के ए भैया किया आजा लंगर हुसैन दा खावा हुण पता लगा ही हुसैन केडा वड्डा बादशाह सफे मातम ते कदागर बन गया सफे मातम ते सवाली बन गया मंगता बन गया सतर न भूलनी मजल से शबीर च बांधिया उठदिया तेन कोई तकलीफ आवे तो शुक्रिया अदा करया कर नाराज ना होया कर शुक्रिया मैं नबी हुसैन दे घर च कोई तकलीफ कोशिश करी शबीर दे घर आ बैठे कोई तकलीफ तैनू आवे तैनू तकलीफ कोई आवे तो तैनू पता लग सी इंदियां भैणा बाजारा च पुत्रां दे चार जी मेरा सरदार जी बच्चियां दे जिंदगी जी बादशाह मैं बिस्मिल्लाह करा जवानियां के ना जिक्र तवे हां इबादत समझ के बाबा कह दे सब जवला पड़ता जिंदगी बला तो शाम दे राह दे विच अजीज ना खांदा ते मैं एक सतर और पढ़नी है बार बार दो तरह दिन दे मजबूर पर कर दे सरदार साहब अल्लाह हु अकबर मौला सज्जाद अलैहि सलाम ने दो कबूल करबला तो शाम दे राह दे विच दो मिनट दे तवे एक शहर है जिस शहर का नाम है हर्रान बहुत पुराना शहर कदीम इतना पुराना है जनाब नूह का जेड़े वेले तूफान रुकिया नबी इसके बाद इस शहर से रहने वास्ते जनाब इब्राहिम जेड़े वेले अग गुलजार हुई तो नबी इस शहर च रहने वास्ते
समझी जे आखी तां दो सत्रह उस दिन भी पढ़िया दो सत्रह भी नवे रंग से बच्चा दे जिंदगी नीति बैठे तो पता ना पुछ मंगना हर बंदे ने अपना जे बस पई कबर दी रात वेखी के चंगी होनी जे बस पई मेरी कहानी बन जासी मैं अपने अकीदे दा बंदा बड़ा मुकाम है तुहाडा उस बंदे दा मैं मुकाम क्या दसा जिसका शुक्रिया सजा दरवाजे सदार बन के आया कर हुसैन दा वास्ते सवारी बन के आया बड़ा सताया ही लोका ने तू ना सता भला वे जड़े मेरे डगर दे बैठे हो भला वे देर हो गई मैं गया फिर उसके बाद जा ही नहीं सके सवारी से गए कई दफा मैं पता नहीं मैं शाम का सवार कितनी दफा था गए कौन दफा लेकिन रस्ते तब्दील बाबा अपनी गड़िया लाए के फिर उस वेले जिन्हें सवारी की फिर जदा टूटते हैं अखीर शुरू आगाज रोजा ये जनाब ईसा की उम्मत का बंदा इबादत गुजारे बहुत ज्यादा इतना की इबादत गुजारे अपने घर दे विच इहदा घर एक उच्ची जात टीला नमा उस ते एक वखरा कमरा इसने बनाया इबादत वास्ते ये आदा है दिन दोपहर तो ढलिया ते शाम दे पासे तेजी नाल दिन ने सफर करना शुरू किया आदा मैं उस कमरे च आया मैं अपने नबी की किताब खोली कदम मैं उसको पढ़ना शुरू किया बड़े मेहनत परस्त लोग कच्ची अगे आजादारी का मन कर मैं तारीफ करने वाला बंदा नहीं हकीकत बयान करके रोमना गल लग के बयान करने थोड़ी रीत है तुसी दसे खुशाम दी बंदे तो लानत है आज भी जेड़े पुराने हैं बुजुर्ग नौजवान का तो मैं पता नहीं है ना बुजुर्ग ने वेख्या कर जेड़े वेले दर्द वधे फिर की कर मुकान बंदा देंदा है जेदा अंदर दुख है जेड़ा अंदर बलदा है फिर मुकान देंदा है
ਇਹ ਆਦਮ ਇਸ ਕਮਰੇ ਦੇ ਵਿੱਚ ਮੇਰਾ ਸਰਦਾ ਆਇਆ ਆਪਣੇ ਨਬੀ ਦੀ ਕਿਤਾਬ ਖੋਲੀ ਆਦਮ ਨੇ ਪੜ੍ਹਨੀ ਸ਼ੁਰੂ ਕੀਤੀ ਆਦਮ 5-7 ਮਿੰਟ ਹੋਏ ਮੈਨੂੰ ਪੜ੍ਹਦਿਆਂ ਜਾਂ ਇੱਕ ਹਵਾ ਦਾ ਝੌਂਕਾ ਆਇਆ ਉਸ ਝੌਂਕੇ ਨੇ 5-7 ਵਰਕੇ ਪੜ੍ਹਤੇ ਉਸ ਹਵਾ ਨਾਲ ਸ਼ਾਦੀ ਆਦਮ ਜੋ ਕੁਛ ਪੜ੍ਹ ਰਹੇ ਹਾਂ ਥੱਲੇ ਆ ਗਿਆ ਆਦਮ ਜਿਹੜਾ ਵਰਕਾ ਉੱਤੇ ਆਇਆ ਮੇਰੀ ਉਸ ਤੇ ਨਿਗਾਹ ਪਈ ਜਿਹੜਾ ਸਫ਼ਾ ਉੱਤੇ ਆਇਆ ਅਦੇ ਉਸ ਸਫ਼ੇ ਦੇ ਵਿੱਚ ਮੈਨੇ ਲਿਖਿਆ ਨਿਗਾਹ ਪਈ ਅਦੇ ਉੱਥੇ ਲਿਖਿਆ ਹੋਇਆ ਜਿਹੜਾ ਆਖਰੀ ਨਬੀ ਉਹ ਸੀ ਉਸ ਨਬੀ ਦੇ 12 ਵਸੀਲੇ ਅਦੇ ਫਿਰ ਅੱਗੇ ਲਿਖਿਆ ਉਹ ਨਬੀ ਤੇ ਉਹਦੇ 12 ਵਸੀਲੇ ਉਹਨਾਂ ਨੂੰ ਖੁਦਾ ਇਤਨੀ ਕੁ ਤਾਕਤ ਦੇ ਸੀ ਉਹਨਾਂ ਦਾ ਧੜ ਜਿੱਥੇ ਵੀ ਹੋਇਆ ਪਰਵਾਹ ਨਹੀਂ ਅਦਾ ਅਗਲੀ ਗੱਲ ਨੇ ਮੈਨੂੰ ਪਰੇਸ਼ਾਨ ਕਰ ਛੋੜਿਆ ਅੱਗੇ ਲਿਖਿਆ ਹੋਇਆ ਉਹਨਾਂ ਦਾ ਸਰ ਧੜ ਦੇ ਬਗੈਰ ਕੁਰਾਨ ਪੜ੍ਹਨਾ ਚਾਹੇ ਪੜ੍ਹ ਤੁਹਾਡੀ ਸਮਝ ਤੋਂ ਸਦਕੇ ਜਾਵਾਂ ਉਹ ਤੁਹਾਡੇ ਪੁੱਤਰਾਂ ਦੇ ਸ਼ਾਨ ਹੋਣੀ ਉਹ ਤੁਹਾਡੀ ਜ਼ਿੰਦਗੀ ਹੋਵੇ ਬਾਈ ਮੈਂ ਬਿਸਮਿਲਲਾ ਸਰਦਾਰ ਸਾਹਿਬ ਰਾਜ਼ੀ ਦਾ ਵਿਆਹ ਕਬੂਲ ਹੋ ਗਈ ਹੈ ਭਲਾ ਹੋਵੇ ਮੈਂ ਨਾ ਮੈਂ ਲਖਵਾਰੀਆ ਬੱਚਿਆਂ ਦੀ ਜ਼ਿੰਦਗੀ ਹੋਣੀ ਅਗਰ ਉਹ ਕਿਸੇ ਨਾਲ ਬੋਲਣਾ ਚਾਹੇ ਕੋਈ ਵੱਡੀ ਗੱਲ ਨਹੀਂ ਬੋਲ ਸਕਦਾ ਯਾ ਯਾਦ ਹੈ ਮੈਂ ਪੜ੍ਹ ਕੇ ਹੈਰਾਨ ਹੋ ਇਤਨਾ ਪਰੇਸ਼ਾਨ ਹੋਇਆ ਆਪਣੇ ਨਾਲ ਬੋਲਣ ਲੱਗ ਪਿਆ ਆਪੇ ਆਪਣੇ ਨਾਲ ਗੱਲਾਂ ਕਰਨ ਲੱਗ ਪਿਆ ਇਹ ਕਿਵੇਂ ਹੋ ਸਕਦਾ ਨਹੀਂ ਹੋ ਸਕਦਾ ਪੱਟਿਆ ਸਿਰ ਹੋਏ ਉਹ ਬੋਲੇ ਨਹੀਂ ਆਪਣੇ ਆਪ ਨੂੰ ਫਿਰ ਆਖਦਾ ਹੈ ਆਪਣੇ ਨਾਲ ਹੀ ਬੋਲਦੇ ਆ ਲਾਂਤੀ ਬਣ ਗਿਆ ਵੇਖ ਲੈ ਕਿਤਾਬ ਤੇਰੇ ਨਬੀ ਦੀ ਹੈ ਜਿਹੜੇ ਬੰਦੇ ਦੀ ਤਵੱਜੋ ਨਹੀਂ ਆ ਉਹਨੂੰ ਸਮਝ ਨਹੀਂ ਆਉਣੀ ਮੈਂ ਕੀ ਪੜਦਾ ਅਸਾਂ ਕੁਰਾਨ ਪਾਕ ਨੂੰ ਸ਼ਾਜੀ ਨਾ ਮੰਨੀਏ ਲਾਂਤੀ ਬਣ ਗਿਆ ਸਰਦਾਰ ਸਾਹਿਬ ਇਹ ਨਹੀਂ ਉਹਨਾਂ ਦਾ ਵੀ ਆਪਣੇ ਨਬੀ ਦੀ ਕਿਤਾਬ ਤੇ ਈਮਾਨ ਹੈ ਯਾਦਾ ਮੈਂ ਇਸੇ ਕਸ਼ਮਕਾਸ਼ੀ ਚ ਮੰਨਾ ਦਿੱਲੀ ਨਾਨਾ ਲਾਂਤੀ ਬਣਨਾ ਕਿਤਾਬ ਨਬੀ ਦੀ ਅਦਾ ਪਾਗਲ ਹੋ ਮੈਂ ਸੋਚ ਪਾਗਲ ਅਦਾ ਸਮਝ ਨਾ ਆਵੇ ਅਦਾ ਮੁਕੰਮਲ ਬਿਲਕੁਲ ਪਾਗਲ ਹੋ ਮੈਂ ਦੇ ਕਰੀਬ ਪਹੁੰਚ ਜ਼ਿਆਦਾ ਨਹੀਂ ਅਦਾ 1-2-4 ਮਿੰਟਾਂ ਦੇ ਵਿੱਚ ਮੈਂ ਪਾਗਲ ਹੋ ਗਿਆ ਇਤਨਾ ਤਾਂ ਸੋਚਿਆ ਅਦਾ 2-4 ਮਿੰਟਾਂ ਚ ਪਾਗਲ ਹੋਣ ਦੇ ਬਿਲਕੁਲ ਕਰੀਬ ਪਹੁੰਚ ਗਿਆ ਜਾਂ ਬਾਜ਼ਾਰ ਵਿੱਚ ਢੋਲ ਗੱਲ ਕੱਚੇ ਵਾਲਿਆ ਸਤਰ ਤੇਰੇ ਮਿਜ਼ਾਜਾਂ ਤੇ ਲੱਥਣ ਵਾਲੀ ਮੈਂ ਪੜੀ ਹੈ ਬਾਜ਼ਾਰ ਚ ਢੋਲ ਵੱਜਿਆ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਹੋਰ ਮੁਹੱਲੇ ਚ ਕਿਸੇ ਦੀ ਸ਼ਾਦੀ ਨਹੀਂ ਇਹ ਖੁਸ਼ੀ ਨਹੀਂ ਮੁਹੱਲੇ ਚ ਹੁੰਦੀ ਮੈਨੂੰ ਪਤਾ ਹੁੰਦਾ ਕਿ ਢੋਲ ਕਿੱਥੋਂ ਆਦਾ ਢੋਲਾਂ ਦੇ ਆਵਾਜ਼ ਤੇਜ਼ ਹੋ ਗਏ ਜਿਉਂ ਜਿਉਂ ਕਰੀਬ ਆਵੇਂ ਤੇਜ਼ ਆਦਾ ਜਿਹੜਾ ਢੋਲਾਂ ਦੇ ਆਵਾਜ਼ ਬਿਲਕੁਲ ਮੁਕੰਮਲ ਤੇਜ਼ ਹੋਏ ਤੇ ਮੈਂ ਫੈਸਲਾ ਕੀਤਾ ਕਿਤਾਬ ਬੰਦ ਕਰ ਦੇ ਮਹਫੂਜ਼ ਜਾ ਤੇ ਰੱਖ ਦੇ ਇਸ ਗੱਲ ਦੇ ਪਿੱਛੇ ਆ ਗੌਰ ਕਰੇ ਨਾ ਕੱਟਿਆ ਸਰ ਬੁਲੈਂਦਾ ਹੀ ਜਾਂ ਨਹੀਂ ਬੁਲੈਂਦਾ ਪਹਿਲੇ ਪਤਾ ਕਹਿ ਰਹੇ ਢੋਲ ਕਹਿ ਵਗਦੇ ਪਏ ਸਮਝ ਆ ਗਈ ਮੈਨੂੰ ਉਦੋਂ ਪੜਨ ਦੀ ਲੋੜ ਨਾ ਹੋਸੀ ਅਦਾ ਮੈਂ ਕਿਤਾਬ ਬੰਦ ਕੀਤੀ ਏ ਤੇ ਮਹਫੂਜ਼ ਜਾ ਤੇ ਅਜਾ ਰੱਖੀ ਨਹੀਂ ਅਜਾ ਮੈਂ ਰੱਖਦਾ ਪਿਆ ਜਾਂ ਮੇਰੇ ਕੰਨ ਤੇ ਉੱਚੇ ਆਵਾਜ਼ ਚ ਆਵਾਜ਼ ਆਈ ਬਾਗੀ ਦੀਆਂ ਭੈਣਾਂ ਆ ਗਈਆਂ
آخر پرانا مدہ آخر پرانا مدہ خان ہے جس نے سفر ماتم میں چاہیے بسم اللہ کرنا اپنی شکر رونا لی بنا لیا قبر دی رات چنگی ہو جاسی ہائے بزرگو یاد ہے میں جلدی دے نال کتاب رکھی تے میں دروازہ کھولیا ادلا گھر پچی جاتے آئی میری پہلی نگاہ بازار وچ پئی ادھا مر گیا ہوندا یا انا ہوندا ادھا نہ ویکھا اللہ اکبر ادھا میں ایک رسی چ کئی گھڑ اے ستر تواڈی نظر کرن لگا اے ستر تواڈی نظر کرن لگا ادھا ترتیب این جائی جی ایک بی بی جھن دی آئی اتے ساریاں جھن پاؤں گی مجبوری آئی جھنن دی ایک رسیاں دی مجبوری آئی واہ واہ تو نہ سمجھے تو کس سمجھنا ہے میں بسم اللہ کراں ادھا کچھ لوگ میں انہاں پردے داراں دے سجے کھپے نچ دے ڈٹھے بے شمار دی لانت ادھا دل بڑا دکھیا اے کون ہے کسے فقیر دی تھی ہوئے انہیں کوئی نہیں کرے گا یہ ایڈے بے وارث ہیں انہاں دا وارث میرا سردار بابا سبارشا بادشاہ ادا ایو سوچ دا پوڑیاں بھی لہنا نا تے سردار صاحب ادا اپنے آپ نو ادا نا کیڑے غریب ہیں کیڑے بے وارث ہیں ہیں ادا جڑے ویلے بازار وچ میں آیا تے میں سوچ کے آکھیا انہاں دے ویرا نہ ہو سو انہاں دے پتر نہ ہو سن جو اے لوگ اس طرح ہیں ادا سامنے دید پئیے ادا ہک دو کے دو گالے نا ادا ایک وجہ کاری ہے جے پنے نایا ہے ایک چھوٹا کاری ادا پیو تے پتران دا پیار میں کو وکرا جا جتا میرے سامنے وٹے کاری کمر سدھی کی تی پیار اتنا نکا نالا کو اٹھ دا اللہ بخت زیادہ دیونی ایٹا پیار ادا کسے مجبوری تم میرے سامنے وٹے کاری تھوڑی جی کمر سدھی کی تھی ادا ایٹا پیارا نکا نالا آپ اٹھ دایا غلط تیرے مزاج دیے جی پتھروں دی پڑھائی نہیں سن دے تو پھر جڑی ہے وہ تو سنیا کرو جی اٹھتا آئے گردن جھکاؤ میری تلیاں زمین تو پٹی گئیاں او بندہ آیا ہی نہیں جس بندے دی آئے نہ نکلے ادا گل نکے کاری کیتی ہے وڈے کاری کانڈ جھکاونی شروع کیتی ہے ادا کانڈ جھک گئی تو میری کاری دی کانڈ تے نگاہ پہ گئی ادا انہیں ہوندا تو بہتر کاری دی کانڈ دے پیچھے میں ایک بچی ڈٹھی ہے جندے کالے چ بڑی تنگ اللہ جاندا او پیر سبار شاہ اے دی تنگ رسی آئی جے بچی منہ کھول لیندی آئی پھر بند نہ آوندا
ਤੇਰੀਆਂ ਦੀਆਂ ਦੇ ਪਰਦੇ ਉਹਨੇ ਜਿਗਰ ਜਲ ਬੋ ਕੇ ਮੁਕਾਣੀਆਂ ਆ ਪਿੰਨ ਆਇਆ ਤੇ ਹਾਏ ਕਰ ਜਾਦਾ ਏਡੀ ਤੰਗ ਰਸੀ ਥੀ ਗਈ ਆਈ हजरत पास मैनू गल करे अगर तू रोवन वास्ते गलत आखा ना मने तो तेरा मुकद्दर ते इमाम जाने चौथा इमाम फरमेंदा है तेरे वेले शाम च मैं भैनू कबर लहाया इमाम दिन आखरी वेले मैं मुंह चुमन लगा इमाम दिन मेरी दीद पई गई गले दी रस्सी अंदर आई मार सुखिया सजा दादा वतन ते मरिया दादा वतन ते मरिया सोना कफन पवाइया साहेब नहीं पढ़े जाते धियां दे जी बाबा पढ़दा पढ़दा साल दी मेहनत मेरे फिरा दी धियां दे पर्दे उन्हें झोली फैला त्रे या चार मिनट में होर पढ़ सक अदा बच्ची दे लब हल्ले ना मेरे तक आवाज ना आवे थक गया तो छोड़ देना फिर दो वाणी में सुन जिवे तेरी रीत आवाज मेरे तक ना आवे अदा मैं फैसला कीता कोल चला जा जे बच्ची पानी मंगे तेरा घर नाल पानी पिला हाय 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 अदा खाना मंगे ते खाना खवा अदा जड़ा मैं नेड़े गया ना पानी मंगदी आई ना खाना मंगदी आई उस वेले पता लगाए कारी इदा बड़ा फेरा आए अदा जड़ा मैं कोल गया उस वेले फेरा नुआ दी पईये दस वे सजाद जिथे कोई तेनू मार दाए मैं मिनता करे निया सजाद जिथे कोई तेनू मार दाए मुंह तले क्यों कर लाए सजादा दा भैन मजबूरी घोड़ा बाजार रुक गया है बेगैरत ने टोरिया तो घोड़ा नहीं टुरिया इस ताजियाना कंड ते मारिया है घोड़ा नहीं टुरिया इस दूसरा मुंह ते मारिया है घोड़ा नहीं टुरिया तीसरा चाहे उम्र बने सादा दा खबरदार इधे मुंह ते ताजियाना ना मार अदा तुरदा नहीं अदा घोड़ा तब्दील कर मुंह ते ना मार अदा क्यों ना मारा अदा तेनू पता नहीं हर शाय खुदा दी हमदो सना इस मुंह ना लड़ रह दी है उस वेले मेरी सैन सजा दा मुड़ा है की दिया भी सजा दे सजाले मुदाज इस मुंह नल मैं कुरान पढ़ दिया सरदार साहब बड़े पुराने मदा खानो मरहबा मरहबा तेरी जवानी दिया मजल समय सुनिया नाल पढ़े मौला हुसैन जुबान च इस तो भी वड्डी तासीर देवे मैं परदेसिया मुसाफिरा भावे तेरा फेरा मेरा घर इत्थे नहीं एक सवाल एक गल तेरे कोलो पुछदा जवाब दे के कवायण करे ना बाजार बने तेरे नाल को छोटी धी होवे
दोतरी या पोतरी माल होए अल्लाह ना करे उस बच्ची नूं बाजार च कोई तकलीफ आवे मैनूं दस तसली तू दसे या बच्ची तैनूं तसली दसे सुन लो पे आया दा मैं तसली दसा मातम ना करे तेरा अपना नसीब आई केड़ी तसली खान साहब दसे आ पुत्र बाजार जड़ी शह मंगनी मैं लै देना अच्छा मैं तेनू चुक लेना तेरी मां को लै जाना इयो तसली है कुरान दतियां पारा दी कसम केड़ा बाजार च सजा दे चेहरे ते भैन मौत दी सर्दी दिखी है उस वेले सजा दा मोड़ा हिलाया है बीबिया दी तुर मैं जो तेरे नाम को यानी अभी पत्थर वस दे भैन पिछे अभी मैं अगे तो मता तसली मैं देवा छोटी हो के मजार च मैनू तसली क्यों पे देनी है बीबिया दी सजाद तसलियां ही समाज दितियां वीर अगर इत्थे मैं मर गई सजाद मेरा जनाजा चार लेगा मैनू दस प्यो दे कातल नचदे पाए सजाद अगर तू मर गया सजाद बैर पैदा लाई सामने मुल्क के नामर दाखिल सैयदुल दाखिरीन शहनशाह मसैब बाबा सैयद इलियास रजा शाह साहब बीजी खा।